ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਇੱਕ ਨਵੀਂ ਵੀਡੀਓ 'ਚ। ਨਤੀਜਿਆਂ ਦਾ ਹੋਇਆ ਐਲਾਨ, PSEB 10th ਕਲਾਸ। ਸਭ ਤੋਂ ਪਹਿਲਾਂ ਦੇਖੋ ਇੱਥੇ ਨਤੀਜੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਪਹਿਲੇ, ਦੂਜੇ, ਤੀਜੇ ਸਥਾਨ ਦੀ, ਤਾਂ ਸਭ ਤੋਂ ਪਹਿਲੇ ਸਥਾਨ 'ਤੇ ਆਦਿੱਤੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਦੂਸਰੀ ਪੁਜੀਸ਼ਨ ਵੀ ਸ਼ਿਮਲਾਪੁਰੀ ਲੁਧਿਆਣਾ ਤੋਂ ਹੀ ਆਈ ਹੈ ਅਤੇ ਤੀਸਰੀ ਪੁਜੀਸ਼ਨ ਅੰਮ੍ਰਿਤਸਰ ਤੋਂ ਆਈ ਹੈ। ਤਾਂ ਹਾਂਜੀ ਦੋਸਤੋ, ਇਸ ਵਕਤ ਦੀ ਵੱਡੀ ਅਪਡੇਟ, ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਦੀ ਪ੍ਰੀਖਿਆ ਦੇ ਵਿੱਚ 3.5 ਲੱਖ ਵਿਦਿਆਰਥੀ ਜਿਹੜੇ ਬੈਠੇ ਸੀ। ਅਧਿਕਾਰੀ ਦੀ ਵੈਬਸਾਈਟ PSEB.ac.in 'ਤੇ ਜਾ ਕੇ ਤੁਸੀਂ ਨਤੀਜਾ ਦੇਖ ਸਕਦੇ ਹੋ। ਕਿੱਦਾਂ ਨਤੀਜਾ ਦੇਖਣਾ ਤੁਹਾਨੂੰ ਦੱਸਦੇ ਹਾਂ ਅੱਗੇ। ਤਾਂ ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਗੂਗਲ 'ਤੇ ਜਾ ਕੇ ਤੁਸੀਂ PSEB.ac.in ਸਰਚ ਕਰਨਾ। ਫਿਲਹਾਲ ਤੁਸੀਂ ਜਿਹੜੀ ਆ ਵੈਬਸਾਈਟ ਤੁਹਾਨੂੰ ਖੁੱਲ੍ਹਦੀ ਨਜ਼ਰ ਨਹੀਂ ਆਏਗੀ, ਕਿਉਂਕਿ ਟ੍ਰੈਫਿਕ ਜਿਹੜਾ ਵਾ ਬਹੁਤ ਜ਼ਿਆਦਾ ਵੱਧ ਗਿਆ 1 ਮਿੰਟ ਦੇ ਅੰਦਰ ਅੰਦਰ। ਤਾਂ ਤੁਸੀਂ ਵਿੱਚ ਵਿੱਚ ਚੈੱਕ ਕਰਦੇ ਰਹਿਣਾ PSEB.ac.in 'ਤੇ, ਨਹੀਂ ਤਾਂ results.india.com 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਉੱਥੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਜਿਹੜਾ ਵਾ ਦੇਖਿਆ ਜਾਏਗਾ। ਇਸ ਨੂੰ ਗੂਗਲ 'ਤੇ ਭਰ ਕੇ ਤੁਸੀਂ ਆਪਣਾ ਨੰਬਰ, ਰੋਲ ਨੰਬਰ ਅਤੇ ਨਾਮ ਭਰ ਕੇ ਤੁਸੀਂ ਨਤੀਜਾ ਦੇਖ ਸਕੋਗੇ। ਬਹੁਤ ਬਹੁਤ ਧੰਨਵਾਦ। ਤੁਹਾਡੇ ਕਿੰਨੇ ਪਰਸੈਂਟ ਆਏ ਆ, ਤੁਸੀਂ ਕਿਵੇਂ ਪਾਸ ਹੋਏ ਹੋ, ਮੈਨੂੰ ਕਮੈਂਟ ਬਾਕਸ ਵਿੱਚ ਆਪਣੀ ਪਰਸੈਂਟੇਜ ਜ਼ਰੂਰ ਲਿਖਿਓ। ਦੇਖਦੇ ਹਾਂ ਕਿ ਸਭ ਤੋਂ ਵੱਧ ਪਰਸੈਂਟੇਜ ਕਿਸ ਦੀ ਆਈ ਹੈ। ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਿਓ। ਨੈਕਸਟ ਤੁਸੀਂ ਕਿਹੜੀ ਸਟ੍ਰੀਮ ਲੈਣ ਜਾ ਰਹੇ ਹੋ ਵੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ। ਧੰਨਵਾਦ, ਮਿਲਦੇ ਇੱਕ ਨਵੀਂ ਵੀਡੀਓ 'ਚ।